ਸੋ ਜੀ ਨੈਕਸਟ ਨੇ ਸਾਡੇ ਨਾਲ ਰੁਪਿੰਦਰ ਕੌਰ ਜੀ ਵੈਲਕਮ ਰੁਪਿੰਦਰ ਜੀ ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ ਆਪਣੀ ਪ੍ਰੋਫਾਈਲ ਬਾਰੇ ਵੀ ਦੱਸਿਓ ਅਤੇ ਮੇਰੇ ਆਈਲੈਟਸ 6.5 ਓਵਰਆਲ ਬੈਂਡ ਸੀਗੇ ਅਤੇ ਮੈਂ ਪਲੱਸ ਟੂ ਕੀਤੀ ਹੋਈ ਹੈ ਮੈਡੀਕਲ 'ਚੋਂ ਅਤੇ ਮੇਰਾ ਵੀਜ਼ਾ ਵਿਦਇਨ ਮੰਥ ਆ ਗਿਆ ਓਕੇ ਤਾਂ ਤੁਹਾਡੇ ਮਤਲਬ ਕਿੰਨੀ ਪਰਸੈਂਟੇਜ ਸੀ ਮੈਮ ਪਲੱਸ ਟੂ 'ਚ ਮੇਰੇ 74% ਸੀਗੇ ਔਰ ਆਈਲੈਟਸ 'ਚ ਕਿੰਨੇ ਬੈਂਡ 6.5 ਓਵਰਆਲ ਓਕੇ ਗ੍ਰੇਟ ਤਾਂ ਮਤਲਬ ਕਿਹੜੇ ਕੋਰਸ ਲਈ ਜਾ ਰਹੇ ਹੋ ਕਿਹੜੇ ਪ੍ਰੋਗਰਾਮ ਲਈ ਜਾ ਰਹੇ ਹੋ ਅਤੇ ਕਿਹੜੇ ਕਾਲਜ 'ਚ ਜਾ ਰਹੇ ਹੋ ਤੁਸੀਂ ਮੈਮ ਮੈਂ ਨਾਇਗਰਾ ਕਾਲਜ ਜੁਆਇਨ ਕੀਤਾ ਅਤੇ ਮੇਰਾ ਕੋਰਸ ਆ ਫਿਟਨੈਸ ਐਂਡ ਹੈਲਥ ਪ੍ਰਮੋਸ਼ਨ ਡਿਪਲੋਮਾ ਔਰ ਡਿਗਰੀ ਕੋਰਸ ਡਿਪਲੋਮਾ ਮੈਮ ਓਕੇ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਮਤਲਬ ਕਿ ਸਰਵਿਸਿਜ਼ ਕਿੱਦਾਂ ਦੀ ਲੱਗੀਆਂ ਲੈਂਡਮਾਰਕ ਦੀਆਂ ਸਰਵਿਸਿਜ਼ ਬਹੁਤ ਵਧੀਆ ਨੇ ਇੱਥੋਂ ਦੀਆਂ ਟਾਈਮ ਟੂ ਟਾਈਮ ਗਾਈਡ ਕਰਦੇ ਰਹਿੰਦੇ ਨੇ ਬੱਚੇ ਨੂੰ ਕੋਈ ਕਨਫਿਊਜ਼ਨ ਨਹੀਂ ਤਾਂ ਮਤਲਬ ਕਿ ਤੁਹਾਨੂੰ ਕਿਹਨੇ ਰਿਕਮੈਂਡ ਕੀਤਾ ਲੈਂਡਮਾਰਕ ਬਾਰੇ ਮੇਰੇ ਸਿਸਟਰ ਗਏ ਹੋਏ ਨੇ ਮੈਮ ਉਹਨਾਂ ਦਾ ਵੀ ਇੱਥੋਂ ਹੀ ਕਰਵਾਇਆ ਸੀ ਵੀਜ਼ਾ ਓਕੇ ਉਹਨਾਂ ਨੇ ਮੈਨੂੰ ਰੈਕਮੈਂਡ ਕੀਤਾ ਓਕੇ ਮਤਲਬ ਕਿ ਪਹਿਲਾਂ ਹੀ ਪਤਾ ਸੀ ਤੁਹਾਨੂੰ ਮਤਲਬ ਕਿ ਓਕੇ ਬਹੁਤ ਵਧੀਆ ਗੱਲ ਹੈ ਤਾਂ ਤੁਸੀਂ ਦੱਸੋ ਤੁਸੀਂ ਕੁਛ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਮਤਲਬ ਉਹ ਸਟੂਡੈਂਟਸ ਨੂੰ ਜਿਹੜੇ ਕਿ ਬਾਹਰ ਜਾਣਾ ਚਾਹੁੰਦੇ ਆ ਤਾਂ ਉਹ ਲੈਂਡਮਾਰਕ ਦੀ ਸਰਵਿਸਿਜ਼ ਬਾਰੇ ਉਹਨਾਂ ਨੂੰ ਥੋੜ੍ਹਾ ਜਿਹਾ ਦੱਸੋ ਅਤੇ ਉਹ ਇੱਥੇ ਆਉਣਗੇ ਤਾਂ ਹੀ ਆਪਣੇ ਵੀਜ਼ੇ ਲਗਾਉਣਗੇ ਨਾ ਯੈਸ ਮੈਮ ਮੈਂ ਰੈਕਮੈਂਡ ਸਟੂਡੈਂਟਸ ਨੂੰ ਕਹਿਣਾ ਚਾਹੁੰਦੀ ਹਾਂ ਵੀ ਆਪਣਾ ਵੀਜ਼ਾ ਤੁਸੀਂ ਲੈਂਡਮਾਰਕ ਤੋਂ ਹੀ ਲਗਵਾਓ ਕਿਉਂਕਿ ਸਰਵਿਸਿਜ਼ ਬਹੁਤ ਵਧੀਆ ਨੇ ਅਤੇ ਵੀਜ਼ਾ ਆਲਮੋਸਟ 100% ਆਉਂਦਾ ਇਹਨਾਂ ਦਾ ਓਕੇ ਜੀ ਤਾਂ ਤੁਹਾਡਾ ਇਹ ਪਾਸਪੋਰਟ ਕੰਗਰੈਚੁਲੇਸ਼ਨਸ ਥੈਂਕ ਯੂ ਓਕੇ